ਸੁਦਾਰ ਗੁਰਦੀਪ ਸਿੰਘ ਮੁੰਡੀ ਜਿਸ ਨੂੰ ਲੱਖਾ ਸੇਣਾ ਦਾ ਜੋ ਕਜ਼ਨ ਆ ਜਿਸ ਨੂੰ ਬਠਿੰਡਾ ਤੋਂ ਦਿੱਲੀ ਪੁਲਿਸ ਵੱਲੋਂ ਕਿਡਨੈਪ ਕੀਤਾ ਗਿਆ ਸੀ ਉਹਨੂੰ ਟਾਰਚਰ ਕੀਤਾ ਗਿਆ ਦਿੱਲੀ ਚ ਲਿਆ ਕੇ ਔਰ ਉਸ ਤੋਂ ਬਾਅਦ ਜਿਹੜੀ ਉਹਦੀ ਕੰਪਲੇਂਟ ਉਹਨੇ ਲੌਂਚ ਕਰਾਈ ਸੀ ਬਠਿੰਡਾ ਪੁਲਿਸ ਕੋਲ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਚੱਲਦੇ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਗੁਰਦੀਪ ਸਿੰਘ ਮੁੰਡੀ ਵੱਲੋਂ ਇੱਕ ਰਿਟ ਫਾਈਲ ਕੀਤੀ ਆ ਜਿਸ ਦੇ ਅੰਦਰ ਇਹ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਤੁਰੰਤ ਇਸ ਤੇ ਮੁਕਦਮਾ ਦਰਜ ਕਰੇ ਜਿਨ੍ਹਾਂ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੇ ਉਹਨੂੰ ਕਿਡਨਾਪ ਕੀਤਾ ਸੀਗਾ ਭਾਵੇਂ ਉਹ ਆਈਜੀ ਹੋਣ ਭਾਵੇਂ ਉਹ ਕੋਈ ਏਡੀਸੀਪੀ ਹੋਣ ਉਹਨਾਂ ਦੇ ਖਿਲਾਫ ਤੁਰੰਤ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਰੈਸਟ ਕੀਤਾ ਜਾਵੇ ਇਹ ਅੱਜ ਕੇਸ ਫਾਈਲ ਕਰ ਦਿੱਤਾ ਗਿਆ ਜੋ ਸਰਦਾਰ ਰਜੀਤਪਾਲ ਸਿੰਘ ਜੀ ਨੇ ਮੰਡੇਰ ਸਾਹਿਬ ਉਹਨਾਂ ਵੱਲੋਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਰਦਾਰ ਹਰਿੰਦਰ ਸਿੰਘ ਜੀ ਬੈਂਸ ਸਾਹਿਬ ਵੱਲੋਂ ਸਾਡੇ ਸੀਨੀਅਰ ਐਡਵੋਕੇਟ ਆਰਐਸ ਚੀਮਾ ਜੀ ਉਹਨਾਂ ਦੇ ਫਰਜ਼ਾਨ ਦੇ ਅੰਦਰ ਬਹਿਸ ਕਰ ਰਹੇ ਨੇ ਸਰਦਾਰ ਜਸਦੀਪ ਸਿੰਘ ਜੀ ਢਿੱਲੋਂ ਸਾਹਿਬ ਸਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਸਰਵਿੰਦਰ ਸਿੰਘ ਜੀ ਸੰਧੂ ਸਾਹਿਬ ਸਾਰਿਆਂ ਵੱਲੋਂ ਇੱਕ ਬੜੀ ਸਟਰੋਂਗ ਐਪਲੀਕੇਸ਼ਨ ਫਾਈਲ ਕੀਤੀ ਗਈ ਹੈ ਔਰ ਮੈਨੂੰ ਉਮੀਦ ਆ ਕਿ ਜਿਸ ਦਿਨ ਇਹ ਦੀ ਹੀアリング 온 ਫਰਡੇ ਨੂੰ ਥਰਸਡੇ ਨੂੰ ਹੋਊਗੀ ਉਸ ਦਿਨ ਦਿੱਲੀ ਪੁਲਿਸ ਦੇ ਖਿਲਾਫ ਮੁਕਦਮਾ ਦਰਜ ਕਰਨ ਦੇ ਜਰੂਰ ਆਰਡਰ ਵੀ ਹੋਣਗੇ ਔਰ ਆਉਣ ਵਾਲੇ ਦਿਨਾਂ ਦੇ ਅੰਦਰ ਤੁਸੀਂ ਦੇਖੋਗੇ ਕਿ ਇਸ ਕੇਸ ਦੇ ਅੰਦਰ ਕਿਤਨਾ ਦਿੱਲੀ ਪੁਲਿਸ ਦੇ ਉਹਨਾਂ ਮੁਲਾਜ਼ਮਾਂ ਦੀ ਅਰੈਸਟ ਹੋਊਗੀ ਬਕਾਇਦਾ ਜਿਨ੍ਹਾਂ ਨੇ ਟਾਰਚਰ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਔਰ ਇਹ ਜੋ ਇੱਕ ਫੈਸ਼ਨ ਸ਼ੁਰੂ ਹੋ ਚੁੱਕਿਆ ਸੀਗਾ ਜਿਸ ਦੇ ਅੰਦਰ ਨਾਜਾਇਜ਼ ਚੁੱਕ ਕੇ ਲੈ ਜਾਓ ਜੋ ਕਿ 1990 ਵਾਲਾ ਫੈਸ਼ਨ ਸ਼ੁਰੂ ਕਰਨ ਨੂੰ ਜਾ ਰਹੀ ਸੀ ਪੁਲਿਸ ਦਿੱਲੀ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਹੋਣ ਨਹੀਂ ਦੇਊਗੀ ਅ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਹਰ ਦੇਸ਼ ਦੇ ਅੰਦਰ ਆਪਣੇ ਭਰਾ ਦਾ ਸਿੱਖ ਵੀਰ ਦਾ ਇਹ ਇਨਸਾਫ ਜਿਹੜਾ ਲੜਦੀ ਰਹੀ ਹੈ ਔਰ ਲੜਦੀ ਰਹੂਗੀ ਭਾਵੇਂ ਉਹ ਕਿਸੇ ਪਾਰਟੀ ਤੋਂ ਹੋਵੇ ਤੇ ਕਿਸੇ ਪੱਖੀ ਹੋਵੇ ਲੇਕਿਨ ਸਾਡਾ ਪੱਖ ਇੱਕ ਹੀ ਆ ਉਹ ਹੈ ਦਸਤਾਰ ਉਸ ਦਸਤਾਰ ਦੇ ਵਿੱਚ ਅਸੀਂ ਲੜਦੇ ਆ ਲੜਦੇ ਰਵਾਂਗੇ ਔਰ ਇਹਨਾਂ ਪੁਲਿਸ ਵਾਲਿਆਂ ਨੂੰ ਸਬਕ ਸਿਖਾਵਾਂਗੇ ਤਾਂ ਕਿ ਆਉਣ ਵਾਲੇ ਸਮੇਂਦਰ ਸਾਡੇ ਕਿਸੇ ਨੌਜਵਾਨ ਨੂੰ ਹੱਥ ਨਾ ਪਾਵੇ